ਆਹ ਦੇਖ ਲਓ ਬਾਈ ਰਿਕਾਰਡ ਬਣਾਇਆ ਹੋਇਆ, ਇਹ ਬਣਾਈ ਸੀ ਅੰਦਰ ਕਿਸੇ ਨੇ ਡਿੱਗੀ ਸੀ ਉੱਚੀ, ਇਹਨੇ ਇੱਕ ਪੈਪ ਇੱਧਰ ਨੂੰ ਖੋਲਿਆ ਅਤੇ ਚੱਕਰ ਨੂੰ ਕਰਿਆ ਹੋਇਆ, ਆਹ ਮੈਂ ਦਿਖਾਉਂਦਾ ਤੁਹਾਨੂੰ, ਆਹ ਦੇਖ ਲਓ ਆਹ ਬਣਾਈ ਹੋਈ ਤੇ ਇਹਨੇ ਪੈਪ ਲਾਇਆ ਹੋਇਆ ਤਾਂ ਇੱਕਣਾ, ਇਹ ਅੱਜ ਇੱਧਰ ਆਏ ਹੋਏ ਆ ਅੰਬ ਵਾਲੀ ਮੋਟਰ ਵੱਲ ਮੀਂਹ ਦੇ ਨਾਲ ਵਾਹੁਣ, ਗਿਆਰਾਂ ਦੇ ਹਲ ਬਣਾਏ ਹੋਏ ਆ ਕਰਕੇ ਬਣਾਏ ਤੇ ਇਹਦੇ 11 ਪਰ ਚੱਲੀ ਜਾਂਦਾ ਅਤੇ ਜੋਡੀਅਰ ਨੂੰ 15 ਪਰ, ਅਤੇ ਵਧੀਆ ਚੱਲ ਰਿਹਾ ਮੋੜ ਪਰ, ਵੈਸੇ ਬ੍ਰੇਕ ਨਾਲ ਮੁੜਦਾ ਹੈ ਥੋੜ੍ਹਾ ਵਜਨ ਜ਼ਿਆਦਾ ਹੈ ਮੁੜਨ ਨਹੀਂ ਦਿੰਦੇ ਇਹਦੇ ਕਰਕੇ ਬ੍ਰੇਕ ਲਾਉਣੀ ਪੈਂਦੀ ਹੈ ਮੋੜ ਪਰ, ਬਾਕੀ ਵਿੱਚ ਕੋਈ ਫਰਕ ਨਹੀਂ ਹੈਗਾ ਲੜਾਈ ਕਰਦਾ ਨਾਲੇ, ਅਤੇ ਅੱਜ ਪਾਣੀ ਇੱਥੇ ਵੀ ਡਿੱਜਣਾ, ਅੱਜ ਬੱਚੇ ਬਣੇ ਹੋ ਗਏ ਬਣ ਗਿਆ ਇਹ, ਬਾਕੀ ਲਵਾਵਾ ਵੀ ਪਾ ਲਿਆ ਬੱਚ ਤੇ ਪਾਵਰ 12 ਵਜੇ ਆਉਣੀ ਬਾਈ ਤੋਂ ਸੱਜੀ ਹੈ ਇੱਥੇ, ਅੱਜ 5 ਮੋਟਰਾਂ ਜਿੱਤਣੀਆਂ ਹੈ, ਅਤੇ ਕਈ ਬਾਈ ਕਮੈਂਟਾਂ 'ਚ ਬਹੁਤ ਉਹ ਕਰਦੇ ਆ ਵੀ ਬਾਈ ਇੰਨੀ ਛੇਤੀ ਸ਼ੁਰੂ ਕਰਦੇ ਆ ਮੀਂਹ ਤੇ ਪਹਿਲਾਂ ਪਾਣੀ ਡੂੰਘੇ ਹੋ ਜਾਣੇ ਆਹ ਹੋ ਜਾਣਾ, ਬਾਈ ਹੋਰ ਪਾਸੇ ਹੋ ਜੂਗਾ ਚਲੋ ਰੱਬ ਦੀ ਕਿਰਪਾ ਨਾਲ ਸਾਡੇ ਨਹੀਂ ਹੁੰਦਾ, ਸਾਡੇ ਤਾਂ ਜੇ ਨਾ ਮੀਂਹ ਤੇ ਪਹਿਲਾਂ ਲਾਈ ਤਾਂ ਮੁੜ ਕੇ ਉਹਦੇ ਲੱਗਣੀ ਨਹੀਂ ਹੈਗੀ, ਤੁਸੀਂ ਪਹਿਲੀ ਵੀਡੀਓ ਵੀ ਦੇਖੀ ਹੋਣੀ ਸਾਡੀਆਂ, ਠੀਕ ਹੈ ਪਤਾ ਵੀ ਲੱਗਣਾ ਤਾਂ ਹੀ ਮੈਂ ਹੁਣ ਨੀਵੇਂ ਖੇਤ ਪਹਿਲਾਂ ਲਾਉਣੇ ਆ, ਇੱਕ ਆਹ ਇੱਕ ਉਹ ਮੋੜ ਵਾਲੇ ਜੜ ਫੜ ਲੂੰਗੇ ਜਦ ਨੂੰ ਜੇ ਮੀਂਹ ਵੀ ਪੈ ਗਿਆ, ਹੈ ਜੇ ਮੀਂਹ ਮੂਹ ਆ ਗਿਆ ਜੜ ਫੜ ਲੂੰਗੇ, ਜੜ ਫੜ ਲੂੰਗੇ ਪੱਟ ਨਹੀਂ ਹੁੰਦੇ ਫਿਰ ਡੁੱਬੀ ਵੀ ਰਹੇ ਕੋਈ ਚੱਕਰ ਨਹੀਂ, ਡੁੱਬ ਜਾਂਦੇ ਪੰਜ ਚਾਰ ਚਾਹੇ ਡੁੱਬੀ ਵੀ ਰਹੇ ਪੰਜ ਦਸ ਦਿਨ ਕੋਈ ਫਰਕ ਨਹੀਂ ਪੈਂਦਾ, ਜੇ ਫਿਰ ਤਾਂ ਲੱਗਣੀ ਨਹੀਂ ਹੈਗੀ ਉਰੇ ਮੁੜ ਕੇ, ਇਸੇ ਕਰਕੇ ਅਸੀਂ ਮੀਂਹ ਤੇ ਪਹਿਲਾਂ ਨੀਵੇਂ ਖੇਤਾਂ 'ਚ ਲਾਉਂਦੇ ਹੁੰਦੇ ਹਾਂ, ਬਾਕੀ ਬੰਨ ਕਰੀ ਹਾਲੇ ਲੇਟ ਲਾਉਣੀ ਵੀ ਪਰ ਬੰਦੇ ਵਿਹਲੇ ਬੈਠੇ ਆ ਉਹ ਕਹਿੰਦੇ ਵੀ ਇੰਨੇ ਬੰਦੇ ਬੈਠੇ ਆ ਵੀ ਸਾਨੂੰ ਕੰਮ ਦੋ ਛੇਤੀ, ਇਸ ਕਰਕੇ ਗੁਰਪ੍ਰੀਤ ਵਾਲੀ ਮੋਟਰ ਵੀ ਅੱਜ ਇੱਕ ਚਲਾਉਣੀ ਆ, ਇੱਕ ਆ ਦੋ 5 ਮੋਟਰਾਂ ਚੱਲਣੀਆਂ, ਜੇ ਇੱਕ ਆ ਹੋ ਗਿਆ 4 ਮੋਟਰਾਂ ਅੰਦਰ, ਅਤੇ 2-2.5 ਕਿੱਲੇ ਆਪਣੇ ਖੂਹ ਵੱਲ ਹੋਏ ਵੀ ਪੈ ਗਏ, ਉਹਦੀ ਪਨੀਰੀ ਮੈਂ ਜਾਣ ਕੇ ਨਹੀਂ ਚਲਾਉਂਦਾ ਕਿ ਮੋਟਰ ਦਾ ਪਾਣੀ ਇੱਕ ਦਾ ਸਾਰੇ 11 ਚਲੋ ਹੋ ਗਿਆ ਹੋਣਾ, ਪਨੀਰੀ ਹਾਲੇ ਛੋਟੀ ਆ, ਕੱਲ੍ਹ ਤੱਕ ਉੱਥੇ ਲਾਊਂਗੇ ਬਾਈ ਦੀ ਬਹਾਈ, ਮੈਂ ਕਿਹਾ ਥੋੜ੍ਹਾ ਥੋੜ੍ਹਾ ਚੱਕ ਜੰਮ ਗਿਆ ਕਿਤੇ, ਮੈਂ ਕਿਹਾ ਇੱਕ ਵਾਰ ਪਾ ਕੇ ਫਿਰ ਦੱਸਾਂਗੇ ਇਹਨੂੰ, ਇਹਨਾਂ ਨੂੰ ਰੂਡਾਮੀਟਰ ਮਾਰੂੰਗਾ ਦੇਖ ਹੋ ਗਿਆ ਤਾਂ ਉਹਨਾਂ ਨੂੰ ਫਾਸਾ ਮਾਰ ਕੇ ਭਾਖਣੇ ਪਾਣੀ ਛੱਡ ਕੇ ਲਾ ਕੇ ਦੇਖੂੰਗਾ, ਉਹ ਮੋਟਰ ਦਾ ਨੇੜੇ ਹੋ ਜਾਵੇ ਫਿਰ ਇਹਨਾਂ ਨੂੰ ਇੱਕ ਵਾਰ ਰੂਡਾਮੀਟਰ ਮਾਰ ਦੇਣਾ, ਚਲੋ ਬਾਕੀ ਤੁਹਾਨੂੰ ਉੱਪਰ ਵੀ ਦਿਖਾਉਂਦੇ ਹਾਂ, ਜੋਡੀਅਰ ਕਦੇ ਨਹੀਂ ਲਿਖਿਆ ਜੋਡੀਅਰ ਨੂੰ ਰੂਡਾਮੀਟਰ ਪਾਇਆ ਹੋਇਆ ਮੈਂ ਕਾਹਨੂੰ ਖੋਲਣਾ, ਇੱਥੇ ਵੀ ਦੇਖ ਲਈਏ ਇਹਦੇ ਵੀ ਹਾਂ ਕੈਪ ਕਿਵੇਂ ਚੱਲਦਾ, ਭੱਜਿਆ ਫਿਰ ਤਾਂ ਟਾਪ ਲੋਡ ਨਾਲੇ ਗਰਾਰੀਆਂ ਇਹਦੇ ਬੜੀਆਂ ਪਾਈਆਂ ਹੋਈਆਂ, ਕਿਤੇ ਬੰਦਾ ਤਾਂ ਕੋਈ ਫਰਕ ਨਹੀਂ, ਮੋੜ ਪਰ ਆਏ ਆ ਵੀ ਬ੍ਰੇਕ ਲਾ ਕੇ ਮੋੜਨੇ ਕਰਕੇ ਦੱਬ ਜਾਂਦਾ ਹੈ, ਕਿਸੇ ਤੋਂ ਨਾ ਵਾਧੀਏ ਆਹਦਾ 2 ਫੇਲ ਭਰਨੇ ਆ, ਬਾਕੀ ਹੁਣ ਇਹਨੂੰ ਦੇਖਦੇ ਹਾਂ ਜੇ ਪਨੀਰੀ ਬਚ ਗਈ ਤਾਂ ਇਹ ਵੀ ਲਾ ਦੋਗੇ, ਨਹੀਂ ਤਾਂ ਹੌਲੀ ਹੌਲੀ ਦੇਖ ਕੇ ਫੇਰ ਲਾਉਂਦੇ, ਕਹਿੰਦਾ ਬਸ ਉੱਧਰੇ ਡਰ ਤਾਂ ਜ਼ਿਆਦਾਤਰ ਆਹ ਨੀਵੇਂ ਖੇਤਾਂ ਦਾ ਡਰ ਆ, ਕਹਿੰਦਾ ਵੱਧ ਪਾਣੀ ਪੈ ਗਿਆ ਟੋਭੇ ਦਾ ਪਾਣੀ ਵੱਸ ਕੇ ਸਾਡਾ ਇੱਥੇ ਨੂੰ ਚੱਲੀ ਹੋ ਜਾਂਦਾ ਹੈ, ਬਾਈ ਪੁਆਇੰਟਾਂ 'ਚ ਨਾ ਲੜਾਈ ਕਰੋ ਤੁਸੀਂ ਇੱਕ ਦੂਏ ਯਾਰ, ਇਹ ਦੇਖੋ ਸਾਡਾ ਵੀ ਜੀ ਨਹੀਂ ਕਰਦਾ ਵੀ ਇੰਨੀ ਗਰਮੀ 'ਚ ਸਾਨੂੰ ਵੀ ਪਤਾ ਵੀ ਪੂਰਾ ਨਹੀਂ ਹੁੰਦਾ ਪਾਣੀ, ਪਰ ਇਹ ਡਰ ਮਾਰੇ ਵੀ ਜੇ ਵੱਧ ਘਾਟ ਪੈ ਗਿਆ ਮੁੜ ਕੇ ਪਾਣੀ ਪੂਰੇ ਤੀਰੀ ਨਹੀਂ ਲੱਗਣੀ ਸਾਡੇ ਨੀਵੇਂ ਜੀ ਤਾਂ ਲਾਉਂਦੇ ਹਾਂ, ਅਤੇ ਬਾਕੀ ਰਹੀ ਗੱਲ ਵਹਿਮਾਂ ਦੀ, ਬਾਈਆਂ ਨੇ ਕਈਆਂ ਨੇ ਵਹਿਮਾਂ ਦਾ ਵੀ ਕਰਿਆ ਹੋਇਆ ਤਾਂ ਬਾਈ ਸਿਆਣੇ ਬੰਦਿਆਂ ਨੇ ਕਰੇ ਵੇ ਆ ਤਾਂ ਆਪਣਾ ਚੱਲਣਾ ਪੈਂਦਾ, ਨਹੀਂ ਤਾਂ ਆਪਣੀ ਮਰਜ਼ੀ ਨਾਲ ਤਾਂ ਜਿਵੇਂ ਬਥੇਰੇ ਹੁਣ ਚੱਲਦੇ ਹਾਂ ਫਿਰ ਤਾਂ ਦੇਖੋ ਹੁਣ ਕਿਆ ਹੋ ਰਿਹਾ, ਰੱਬ ਵੀ ਸਾਰਾ ਕੁਝ ਆਪਣੇ ਹਿਸਾਬ ਨਾਲ ਹੋ ਗਿਆ ਜਿਵੇਂ ਦੁਨੀਆ ਹੋ ਗਈ, ਜਿੱਥੇ ਅੱਗੇ ਸਾਰੇ ਵਹਿਮ ਵਹਿਮ ਕਰਦੇ ਤੇ ਜੋ ਕੁਝ ਕਰਦੇ ਤੇ ਸਿਆਣੇ ਬੰਦੇ ਤਾਂ ਰੱਬ ਵੀ ਸਹੀ ਤਾ, ਹੁਣ ਬਾਅਦ 'ਚ ਜਾਂ ਮੌਕੇ ਫਿਰ ਰੱਬ ਨੂੰ ਦੋਸ਼ ਦੇਣ ਲੱਗੇ, ਚਲੋ ਇੱਕ ਦਿਨ 'ਚ ਆਪਾਂ ਨੂੰ ਫਰਕ ਵੀ ਕਿਆ ਪੈਂਦਾ,
ਪਰ ਹੁਣ ਕਈ ਬੰਦਿਆਂ ਨੇ ਕਹਿਣਾ ਕਿ ਨਹੀਂ ਬਾਈ ਐਂ ਫਲਾਣਾ, ਚਲੋ ਬਾਈ ਹੁੰਦਾ ਹੈ, ਚਲੋ ਜੇ ਹੁਣ ਘਰ ਦੇ ਕਰਦੇ ਹਾਂ ਹੋਰ ਕਰਦੇ ਇੱਕ ਦਿਨ 'ਚ ਸਾਨੂੰ ਵੀ ਕੋਈ ਫਰਕ ਨਹੀਂ, ਕੁਛ ਹੋਰ ਦਾਉਂਦਾ ਸਾਨੂੰ ਇਹਦਾ ਆਉਂਦੇ ਕੋਈ ਮਾੜਾ ਮੋਟਾ ਕੋਈ ਚੱਕਰ ਹੋਇਆ ਸਾਨੂੰ ਅਸੀਂ ਵਹਿਮ ਰਹਿਣਾ ਤਾਂ ਬਾਈ ਇਹ ਗੱਲ ਬੱਚੇ ਜੇ ਵਹਿਮ ਹੈ ਤਾਂ ਹੈਗਾ ਬਾਈ, ਜਿਹੜਾ ਨਹੀਂ ਕਰਦੇ ਸਹੀ ਆ ਉਹ ਹੋਰ ਚੀਜ਼ਾਂ ਤਾਂ ਕਰਦੇ ਹੋਣੇ ਕਿਸੇ ਚੀਜ਼ ਦਾ, ਹੋਰ ਤੁਸੀਂ ਹੋਰ ਉਹ ਕਰਦੇ ਹੋ ਪਰਹੇਜ਼ ਤਾਂ ਕੋਈ ਬੰਦਾ ਹਰੇਕ ਚੀਜ਼ ਦਾ ਕਿਸੇ ਨਾ ਕਿਸੇ ਦਾ ਕਰਦਾ ਹੀ ਕਰਦਾ। ਚਲੋ ਬਾਕੀ ਬਾਈ ਪਾਲਣ ਆ ਇਹਨੂੰ ਇੰਨੇ ਨੂੰ ਪਾਵਰ ਆ ਜਾਣੀ, ਪਰ ਰਹਿ ਗਏ 15-20 ਮਿੰਟ ਫਿਰ ਉੱਧਰ ਜਾ ਕੇ ਜਿਹੜਾ ਗੁਰਪ੍ਰੀਤ ਦਾ ਮੋਟਰ ਚਲਾਈ ਆ ਉਹਦਾ ਜਿਹੜਾ ਰਿਕਾਰਡਮੈਂਟ ਕਰਿਆ ਤੁਹਾਨੂੰ ਉਹ ਵੀ ਦਿਖਾਉਂਦੇ ਵੀ ਕਿਵੇਂ ਕਿਵੇਂ ਕਰਿਆ, ਉਹ ਜਾ ਕੇ ਸਾਂਭਣੀ ਪਹਿਲਾਂ, ਹੋਰ ਤਾਂ ਆਪਣੇ ਆਪ ਚੱਲੀ ਪੈਣੀ ਆ। ਤੋ ਬਾਕੀ ਉਹ ਜ਼ਿਆਦਾ ਉਹਦਾ ਹੀ ਹੈ ਦੇਖਣਾ ਵੀ ਠੀਕ ਚੱਲਦਾ ਕੰਮ, ਰਿਸਕੀ ਜਿਹਾ ਕੰਮ ਹੈ ਉਹਦਾ। ਬਾਕੀ ਜਿੰਨੇ ਨੇ ਇੱਕ ਚੀਜ਼ ਬਣਾਈ ਸੀ ਉਹ ਬਟਨ ਮਿੱਟੀ ਲਾਈ ਆ, ਹੋਰ ਕਹੀ ਨਾਲ ਉੱਥੇ ਨਾ ਟੀਵੀ ਨੇ ਆਂਡਾ ਦਿੱਤਾ ਹੋਇਆ ਤਾ ਉਹਦੇ ਨਮਕਾਰ ਨੇ, ਨਾਲੇ ਤਾਂ ਉਹ ਵੀ ਦਿਖਾ ਦੇ ਨਾਲੇ ਉਹ ਗੰਨੇ ਦੇ ਆ ਉਹ ਖੁੰਜੇ ਤੱਕ ਦੇਖੀ ਵੀ ਪਾਣੀ ਭਰ ਗਿਆ ਮੋਟਰ ਕੱਲ ਗੰਨੇ ਛਿੱਕੀ ਹੋਈ ਉਹ ਖੁੰਜੇ ਤੱਕ ਕਿਹੜੇ ਪਹਿਲਾਂ ਪਿੱਛੇ ਵਾਲੇ ਤੱਕ ਪਹੀ ਦੇ ਨਾਲ ਨਹੀਂ ਆਹੀ ਖੁੰਜੇ ਠੀਕ ਹੈ ਠੀਕ ਹੈ ਕਿਹੜੇ ਦੇ ਪਹਿਲਾਂ ਆਹਲਾ ਹਾਂ ਜਿਹੜਾ ਠੀਕ ਹੈ ਠੀਕ ਹੈ ਬੰਦਾ ਉਹ ਤਾਂ ਕਟੀਰੀ ਵਾਸਤੇ ਉਹਨੇ ਛਾਵਾਂ ਵਾਸਤੇ ਪਾਇਆ ਤਾ ਵੈਸੇ ਤਾਂ ਜਿੰਨੇ ਨੇ ਅੱਛਾ ਵੀ ਛਾਵਾਂ 'ਚ ਬਹਿ ਜੂਗੀ, ਮੈਨੂੰ ਲੱਗਦਾ ਮੁੜ ਕੇ ਕਟੀਰੀ ਵਿੱਚ ਬੈਠੀ ਨਹੀਂ ਹੈਗੀ ਉਹ ਚੱਕਣਾ ਪੈਣਾ ਡਰਦੇ ਮੈਨੂੰ ਲੱਗਦਾ। ਮੈਂ ਇਹਨੂੰ ਸਵੇਰੇ ਵੀ ਪੁੱਛਿਆ ਕਹਿੰਦਾ ਹੈ ਨਹੀਂ ਦੀਦੀ, ਅਤੇ ਕੱਲ੍ਹ ਵੀ ਅਸੀਂ ਘਾਟਾ ਤਾਂ ਦੇਖੀ ਗਏ, ਮੈਂ ਤਾਂ ਉਹਨੂੰ ਜਦੇ ਕਿਸੇ ਦੇ ਜਲ ਬਾਬਾ ਲਾਇਆ ਮੈਂ ਚੱਕ ਦੇ ਵੀ ਬੈਠਦੀ ਨਹੀਂ ਹੈਗੀ, ਕਰਿਆ ਤਾਂ ਫਾਇਦੇ ਵਾਸਤੇ ਤਾਂ ਪਰ ਮੈਨੂੰ ਲੱਗਦਾ ਗਲਤ ਕੰਮ ਹੋ ਗਿਆ, ਅਤੇ ਮੁੜ ਕੇ ਅਸੀਂ ਉੱਤਰੇ ਲੱਗ ਗਏ ਗਾਹਣ ਗੂਣ ਕਰਨ, ਮੁੜ ਕੇ ਦੇਖ ਨਹੀਂ ਹੋਇਆ ਪਰ ਬੈਠੀ ਤਾਂ ਨਹੀਂ ਹੈਗੀ ਮੈਨੂੰ ਨਹੀਂ ਲੱਗਦਾ, ਤਾਂ ਬੈਠੀ ਹੈ ਲਾਗਤ ਦੀਦੀ ਲੱਗਦਾ ਤਾਂ ਹੈਗਾ, ਬਾਕੀ ਦੇਖ ਲੈਂਦੇ ਜਾ ਕੇ ਜਾ ਕੇ ਦਿਖਾ ਦੇਖਦੇ ਹਾਂ ਦੇਖ ਲੈਂਦੇ ਹਾਂ। ਹਵਾ ਬਹੁਤ ਤੇਜ਼ ਚੱਲਦੀ ਆ, ਹਵਾ ਕਰਕੇ ਥੋੜ੍ਹੀ ਜਿਹੀ ਬਾਹਰ ਦੀ ਪ੍ਰੋਬਲਮ ਆਉਂਦੀ ਹੋਣੀ ਮੈਨੂੰ ਲੱਗਦਾ, ਐਨ ਸੇਕ ਵੱਜਦਾ ਹਵਾ। ਚਲੋ ਉੱਧਰ ਜਗਾ ਕੇ ਦਿਖਾਉਂਦੇ ਹੁਣ ਤੁਹਾਨੂੰ, ਇੱਕ ਤਾਂ ਆਹ ਬਣਾਈ ਸੀ ਵਿਆਹ ਲਫਾਫਾ ਲਾਇਆ ਕੱਲ੍ਹ ਪਾਪਾ ਨੇ, ਇੱਧਰ ਦੋ ਇੱਟਾਂ ਹੋਰ ਲਾਉਣ ਨੂੰ ਕਿਹਾ ਤਾ ਉੱਪਰਲੀ ਸਾਈਡ, ਦੇਖਦੇ ਹੁਣ ਕੀਤਾ ਕਿ ਨਹੀਂ ਪਏ। ਚਲੋ ਮੂੰਹ ਕਰ ਦਿਆ ਤਾ ਮੂੰਹ ਵੱਲ ਤੇ ਪਿੱਛੇ ਵੀਡੀਓ ਦੇਖਿਆ ਹੋਣਾ ਅਤੇ ਖੁੱਲ੍ਹਾ ਤੌਰ ਹੋ ਗਈ ਉੱਧਰ
ਰੇਤਾ ਜਾ ਉੜੀ ਪਿਆ ਅਜੇ ਤੱਕ। ਤੇ ਉਹ ਬਣਾਇਆ ਵਾ ਚੀਨੇ ਬਾਈ ਨੇ, ਦੇਖ ਕੇ ਆਈਏ ਕਿਆ ਬਣਾਇਆ ਵਾ, ਕਿਆ ਕਰਿਆ ਵਾ, ਨਹੀਂ ਚੱਕਦੀ ਉਹਨੂੰ ਜੇ ਡੇਰੀ ਨਹੀਂ ਹੈਗੀ ਉੱਥੇ, ਕਿਆ ਪਤਾ ਫਿਰ ਆ ਕੇ ਬੈਠ ਜਾਵੇ। ਬਣਾਇਆ ਵਾ ਤਾਂ ਵਧੀਆ ਚੀਨੇ ਬਾਈ ਨੇ ਆਪਣੇ, ਉਹਦੇ ਨਾਲ ਵਿੱਚ ਡੇਰੀ ਦੀ ਛਾਵਾਂ ਰਹੂੰਗੀ, ਡੰਡੇ ਲਾ ਕੇ ਚਾਰੇ ਪੰਜੇ ਸਾਈਡ। ਹੈ ਨਹੀਂ ਡਿਟੀਰੀ ਨਹੀਂ ਹੈ ਜੀ, ਤਾਂ ਚੱਕਣਾ ਪੈਣਾ ਇਹ। ਆਂਡੇ ਤਾਂ ਹੈਗੇ ਆ, ਪਾਣੀ ਵੀ ਰੱਖਿਆ ਨਾਲ ਗਲਾਸ, ਵੀ ਪਾਣੀ ਪੀ ਲਵੇ। ਪੱਤੇ ਲਾ ਕੇ ਆ ਦੇਖੋ ਚਾਰੇ ਸਾਈਡ, ਚਾਰੇ ਚਾਰ ਪੰਜ ਡੰਡੇ ਲਾ ਕੇ। ਹਾਂ ਆਂਡੇ ਤਾਂ ਹੈਗੇ ਆ, ਹੁਣ ਚੱਕਣਾ ਹੀ ਪੈਣਾ ਹੈ। ਆਂਡਿਆਂ ਨੂੰ ਤਾਂ ਹੱਥ ਨਹੀਂ ਲਾਈਦਾ ਹੁੰਦਾ ਨਾ, ਫਿਰ ਬੈਠਦੀ ਨਹੀਂ ਉੱਪਰ, ਐਵੇਂ ਚੱਕ ਦਿੰਦੇ ਇਹਨੂੰ ਬਚਾ ਕੇ। ਹੁਣ ਕਿਆ ਪਤਾ ਫਿਰ ਆ ਕੇ ਬੈਠ ਜਾ। ਉੱਪਰ ਪੱਤੇ ਰੱਖਦੇ, ਥੈਲਾ ਜਿਹਾ ਰੱਖ ਕੇ ਲਿਫਾਫਾ ਜਿਹਾ ਥੱਲੇ, ਚਲੋ ਚੱਕਦੇ ਆ ਹੁਣ। ਲਓ ਜੀ ਕਿਆ ਚੱਕ ਕੇ ਸਾਈਡ ਪਰ ਰੱਖਦੇ ਆ, ਕਿਆ ਪਤਾ ਹੁਣ ਆ ਕੇ ਬੈਠ ਜਾਵੇ। ਆਏ ਦੋ ਆਂਡੇ, ਕਿਆ ਪਤਾ ਜੇ ਨੇੜੇ ਤੇੜੇ ਹੋਈ ਤਾਂ ਆਉਂਗੇ, ਕਿਤੇ ਚਾਹੀ ਨਾ ਗਈ ਹੋਵੇ ਦੇਖ ਕੇ। ਫਿਰ ਪਾਣੀ ਤਾਂ ਪਿਆ ਰਹਿਣ ਦਾ, ਪਾਣੀ ਦਾ ਆ ਚੱਕ ਕੇ ਸਾਈਡ ਪਰ ਰੱਖਦੇ। ਬਾਕੀ ਇੱਧਰ ਪਾਣੀ ਦੇਖ ਲਿਆ, ਪਾਣੀ ਕਿਹਾ ਤਾਂ ਦੇਖਣ ਨੂੰ, ਗੰਨੇ ਨੂੰ ਛੱਡਿਆ ਪਾਉਣਾ ਪਹਿਲਾਂ। ਇੱਕ ਇੱਧਰ ਨੂੰ ਵੀ ਪੈਪ ਪਾਇਆ ਵਾ, ਇੱਧਰ ਹਜੇ ਬਣਾਇਆ ਨਹੀਂ ਹੈਗਾ, ਉਹ ਛੋਟੀ ਜਿਹੀ ਚੋਚੀ ਇੱਧਰ ਐਵੇਂ ਹੀ ਛੱਡਿਆ ਵਾ। ਇੱਧਰ ਮਿੱਟੀ ਦਾ ਹੀ ਸਾਰਾ ਜਾਊਗਾ, ਪਾਪਾ ਕਹਿੰਦੇ ਕੋਈ ਨਹੀਂ ਬਾਅਦ 'ਚ ਬਣਾ ਲਵਾਂਗੇ, ਇੰਨੇ ਮਿਸਤਰੀ ਕੋਲ ਵੀ ਟਾਈਮ ਹੈ ਨਹੀਂ, ਤਾਂ ਕਰਕੇ ਦਿਨੇ ਬਣਾ ਕੇ ਤੇ ਉਹ। ਚਲੋ ਪਾਣੀ ਦੇਖ ਲਵਾਂ, ਬੰਨ ਵਾਲੀ ਮੋਟਰ ਪਰ ਆਏ ਹੋਏ ਇੱਧਰ, ਅਤੇ ਚਾਰ ਵੱਜ ਗਏ, ਚਾਰ ਸਵਾ ਚਾਰ। ਨਵਕਰਨ ਚਾਹ ਲੈ ਕੇ ਆਇਆ, ਚਾਹ ਪੀਣ ਲੱਗੇ, 12 ਵਜੇ ਦੀ ਲਾਈਟ ਆਈ ਹੋਈ ਆ। ਅਤੇ ਪਹਿਲਾਂ ਅੰਬ ਵਾਲੇ ਖੇਤ 'ਚ ਵੀ ਇੱਧਰ ਇੱਕ ਮੋਟਰ ਛੱਡੀ ਹੋਈ ਆ, ਉੱਥੇ ਬਾਹੇ ਹਰ ਚਿੰਨੇ ਨੇ, ਇੱਥੇ ਇੱਥੇ ਖਾਲ ਪਾਈ ਆ, ਗੁਰਪ੍ਰੀਤ ਦੀ ਮੋਟਰ ਛੱਡੀ ਆ ਇਹ ਇੱਥੇ ਖਾਲ ਤਵਾਰ 'ਤੇ, ਅਤੇ ਚਿੰਨਾ ਰਜਿਸਟਰ। ਅਤੇ ਜਦੋਂ ਹੀ ਫਿਰ ਅਸੀਂ ਮੈਂ ਆ ਗਿਆ ਤਾਂ 1 ਵਜੇ ਨਾ ਚਿੰਨੇ ਇੱਧਰ, ਪਰ ਮੋਟਰਾਂ ਸੈੱਟ ਕਰਕੇ ਇੱਕ ਗੰਨੇ ਨੂੰ ਛੱਡੀ ਹੋਈ ਆ ਜੱਗੂ ਵਾਲੀ,
ਵੀਰ ਜੀ ਹੈਗਾ ਉੱਥੇ ਹੁਣ, ਹਾਂ ਜਸ਼ਨ ਉੱਧਰ ਹੀ ਛੱਡਿਆ ਹੋਇਆ ਮੈਂ, ਉੱਥੇ ਦੇਖ ਵੀ ਪੈਪ ਪੂਪ ਨਾ ਪੜ ਜਾਵੇ, ਅਤੇ ਇੱਧਰ ਚੱਲੇ ਹਾਂ ਉਹ ਪਰਲੀਆਂ ਦੋ ਮੋਟਰਾਂ ਆਪਣੇ ਖੂਹ ਪਰ ਚੱਲਦੀਆਂ ਜਿਹੜੀਆਂ, ਉਹਨਾਂ ਦਾ ਵੀ ਕੋਈ ਚੱਕਰ ਨਹੀਂ, ਜਿਹਨੂੰ ਖੇਤ ਨੂੰ ਚਾਰ ਚੱਲਦੀ ਹੈ ਨਾ ਉੱਧਰਲੀ ਸਾਈਡ ਫਿਰ ਭਰਿਆ ਤਾਂ ਨਹੀਂ ਦੇਖ ਕੇ ਆਇਆ ਤੂੰ, ਉੱਧਰ ਚੱਲਦੀਆਂ ਜੀ ਇੱਕ ਮੋਟਰ ਦਾ ਮਤਲਬ ਕਿ ਨਾ ਤਿੰਨ ਕੁ ਕਿੱਲਿਆਂ ਨੂੰ ਪਿੱਛੇ ਪਾਣੀ ਉਹ ਪਾਉਂਦੀ ਆ ਬਾਈ, ਆਹ ਮੋਟਰ ਜੱਦੀ ਆਈ ਹੈ ਮੰਨ ਲਓ ਵੀ ਇਹਨੇ ਥੋੜ੍ਹਾ ਜਿਹਾ ਇਹ 'ਚ ਪਾਇਆ ਘੰਟਾ ਕੁ ਅੱਧਾ ਘੰਟਾ, ਅਤੇ ਬਾਕੀ ਜੱਦੀ ਉਹ ਪੱਲੇ ਖੇਤ ਨੂੰ ਚੱਲ ਰਹੀ ਹੈ ਜਿਹਨੂੰ ਜੀਰੀ ਲੱਗ ਗਈ, ਜਿਹਨੂੰ ਜੀਰੀ ਲੱਗ ਗਈ, ਮੈਂ ਕਹਿੰਦਾ ਹਾਲੇ ਉਹ 'ਚ ਘੰਟਾ ਇੱਕ ਹੋਰ ਪਊਗਾ, ਉਹ ਤੋਂ ਬਾਅਦ ਇੱਧਰ ਨੂੰ ਛੱਡ ਹੋਣੀ, ਪਰ ਅੱਜ ਸਵੇਰ ਦੇ ਹੀ ਗੁਰਪ੍ਰੀਤ ਦੀ ਮੋਟਰ ਨਾਲ ਲਿਜਾਏ ਹੋਏ ਆ ਉੱਧਰ, ਉਹ ਜਿਹੜਾ ਖਾਲ ਬਣਾਇਆ ਉਹਨੇ, ਅੱਛਾ ਉਹ ਹੈਗਾ ਨੱਕਾ ਨੀਵੇਂ 'ਚ, ਗੁਰਪ੍ਰੀਤ ਦਾ ਖੇਤ ਆਪਣੇ ਖੇਤ ਨਾਲੋਂ ਨੀਵਾਂ ਹੈ, ਹੁਣ ਨੀਵੇਂ ਖੇਤ 'ਚੋਂ ਉੱਚੇ ਪਾਣੀ ਚੜ੍ਹਾਉਣਾ ਬਾਈ ਬੜਾ ਔਖਾ ਕੰਮ ਹੈ, ਉਹ ਖਾਲ ਦੀ ਬੰਨ ਕੇ ਮਸੋਂ ਉੱਧਰ ਇੱਕ ਬੰਦਾ ਪੱਕਾ ਉੱਥੇ ਹੀ ਰਹਿੰਦਾ ਪਿੱਛੇ, ਜਦੇ ਟੁੱਟ ਜਾਂਦਾ ਪਾਣੀ ਗੁਰਪ੍ਰੀਤ ਦੀ ਮੋਟਰ ਦਾ ਆਇਆ ਵਾਹ ਖਿਆ ਤੈਨੂੰ, ਆਹ ਜਿਹੜਾ ਪਿਆ ਆਹ ਜਿਹੜਾ ਪਿਆ ਰਿਹਾ ਉਹ ਪੈ ਰਿਹਾ ਸਾਹਮਣੇ, ਹੁਣ ਇੱਦਾਂ ਵੀ ਚਲੋ ਘੰਟਾ ਕੁ ਉਹ ਪੈ ਗਿਆ ਫਿਰ ਇਹ ਕਿਆਰਾ ਹੋ ਜੂਗਾ ਦੋਹੇ ਮੋਟਰਾਂ ਦਾ ਪਾਣੀ ਪੈ ਕੇ, ਜੇ ਉਹ ਨਾ ਚਲਾਉਂਦੇ ਤਾਂ ਬਸ ਇਹਨਾਂ 'ਚ ਪਾਣੀ ਪੈ ਕੇ ਇੱਕ ਘੰਟਾ ਮੋਟਰ ਇੱਕ ਜਾਂ ਡੇਢ ਘੰਟਾ ਬਾਈ ਨੂੰ ਚੱਲਣ ਦੀ, ਫਿਰ ਰਹਿ ਜਾਣਾ ਤਾਂ ਲੇਬਰ ਵਾਲੇ ਉਹ ਹਾਈ ਦਵਾਈ ਕਰ ਰਹੇ ਆ ਜੀ ਕੰਮ ਕੱਦੂ ਕਰੋ ਕੁਛ ਕਰੋ, ਸਾਡੇ 14 ਬੰਦੇ ਆ ਰਾਸ਼ਨ ਵੀ ਖਾਣਾ ਮਹਿੰਗਾ ਪੈਂਦਾ ਕਿਆ ਕਰੇ ਕੁਛ ਨਾ ਕੁਛ ਕਰੋ, ਤਾਂ ਗੁਰਪ੍ਰੀਤ ਦੀ ਮੋਟਰ ਸਵੇਰੇ ਪੁੱਛੀ ਕਹਿੰਦਾ ਦੇਖ ਕੇ ਗਿਆ ਵੀ ਕਿਵੇਂ ਲੋਟ ਆਉਣਾ ਉੱਥੇ ਜੁਗਾੜ ਦੇਖਿਓ ਕਿਹੜੇ ਹਿਸਾਬ ਨਾਲ ਲਾਇਆ ਦਿਖਾਉਂਦੇ ਤੁਹਾਨੂੰ, ਅਤੇ ਉਹ ਦੇਖ ਕੇ ਫਿਰ ਸਾਰਾ ਸਮਾਨ ਜਿਹਾ ਇਕੱਠਾ ਕਰਕੇ ਉੱਥੇ ਲਿਫਾਫਾ ਜਿਹਾ ਲਾ ਕੇ ਤਾਂ ਮਤਲਬ ਕਿ ਚੱਲਦੀ ਇਹਨਾਂ ਨੂੰ ਨੱਕੇ ਵੱਟ ਵੱਟ ਖਾਲ ਖਿੱਚ ਕੇ, ਮੈਂ ਕਿਹਾ ਹੁਣ ਤੁਸੀਂ ਵਿੱਚ ਦੇ ਖਾਲ ਸਾਫ਼ ਕਰ ਦਿਓ ਬਾਕੀ ਦਾ ਦੇਖੋ, ਆਹ ਕਰਕੇ ਫਿਰ ਉੱਧਰ ਗਿਆ ਵਾਹਿਆ ਖੇਤ ਦੋ ਉੱਧਰ ਮੋਟਰ ਛੱਡੀ, ਅਤੇ ਮੈਂ ਕਿਹਾ ਚਲੋ ਫਿਰ ਆਹ ਦੋ ਤਿੰਨ ਕਿੱਲੇ ਇਹਨਾਂ ਨੂੰ ਹੋ ਜੂੰਗੇ ਖੂਹ, ਪਰ ਮੈਨੂੰ ਆਇਆ ਵੀ ਹੈ ਤਾਂ ਹੈ ਉੱਥੇ 2.5 ਕਿੱਲੇ ਗਾਹਣ ਕਰੇ ਹੋਏ ਤੁਹਾਨੂੰ ਉਹ ਵੀ ਦਿਖਾ ਦਿੰਦੇ ਹਾਂ, ਪਰ ਉੱਥੇ ਮੈਂ ਦੂਈ ਮੋਟਰ ਇੱਕ ਮੋਟਰ 'ਤੇ ਆਪਣੇ ਪੈਪ ਹੈ ਦੂਈ ਮੋਟਰ ਦਾ ਆਪਣਾ ਡਾਇਰੈਕਟ ਪੈਂਦਾ ਉਹ ਫਿਰ ਸਾਰੇ ਖੇਤਾਂ 'ਚੋਂ ਪਾਣੀ ਹੋ ਕੇ ਤਾਂ ਨਿਕਲਦਾ ਦੂਜੇ ਪਾਸੇ, ਇਸ ਕਰਕੇ ਨਹੀਂ ਲਵਾ ਰਿਹਾ ਪਨੀਰੀ ਛੋਟੀ ਆ ਵੀ ਨਹੀਂ ਤਾਂ ਉਹਨੇ ਡੁੱਬ ਜਾਣਾ ਉਹ ਤਾਂ ਨਹੀਂ ਲਵਾ ਰਿਹਾ, ਬਾਕੀ ਹੁਣ ਇੱਧਰ ਤੁਹਾਨੂੰ ਜੁਗਾੜ ਦਿੰਦਾ ਚਾਹ ਪੀ ਲਈਏ ਬਾਈ, ਅੱਜ ਤਾਂ ਧੁੱਪ ਵੀ ਮਹਿਸੂਸ ਨਹੀਂ ਹੋਈ ਵੀ ਧੁੱਪ ਹੈਗੀ ਹੈ ਜਿਹਨੇ ਜਦੋਂ ਮਿੱਟੀ ਲੱਗੀ ਸੀ ਇੰਨੇ ਨੂੰ ਕੱਲ੍ਹ ਧੁੱਪ ਬਹੁਤ ਲੱਗੀ ਬਾਈ, ਅੱਜ ਨਹੀਂ ਧੁੱਪ ਮਹਿਸੂਸ ਹੁੰਦੀ, ਇਹ ਉਹ ਹੋ ਗਿਆ ਹੁਣ ਕੱਲ੍ਹ ਵੀ ਬਾਹਰ ਤੇ ਧੁੱਪ ਅੱਜ ਅੱਜ ਵੀ ਅਤੇ ਹੁਣ ਕੋਈ ਚੱਕਰ ਨਹੀਂ, ਕਰ ਲਾਈਟ ਸਾਡਾ ਬਹੁਤ ਗਲਤ ਟਾਈਮ ਆ ਬਾਈ 12 ਵਜੇ 12 ਵਜੇ ਇੰਨੇ ਤਾਂ ਪਿੱਛੇ ਪਾਣੀ ਜਿਹੜਾ ਸਵੇਰ ਟਾਈਮ ਮਾੜਾ ਮੋਟਾ ਦਿਖਦਾ ਹੁੰਦਾ ਖੇਤ 'ਚ ਦੁਪਹਿਰ ਤੱਕ ਉਹ ਵੀ ਸੁੱਕ ਲੈਂਦਾ ਹੈ ਫਿਰ ਉਹਨਾਂ 'ਚ ਪਾਉਣਾ ਪੈਂਦਾ, ਇਹ ਮੋਟਰ ਵੀ ਗੁਰਪ੍ਰੀਤ ਵਾਲੇ ਸਾਨੂੰ ਘੰਟਾ ਲੇਟ ਮਿਲਿਆ ਇਹਨਾਂ ਨੇ ਪਹਿਲਾਂ ਪਾਇਆ ਇੱਥੇ ਜੀਰੀ ਲੱਗੀ ਜਿਹੜੀ ਜੀਰੀ ਲੱਗੀ ਪਹਿਲਾਂ ਇੱਥੇ ਪਾਇਆ ਹੁਣ ਇੱਧਰ ਪਾਈ ਆ, ਅਤੇ ਚਲੋ ਬਾਈ ਬਾਕੀ ਐਂ ਆ ਉਰੇ ਉਹ ਤੋਂ ਬਾਅਦ 12 ਕਿੱਲੇ ਆ ਹੋਰ ਇੱਥੇ ਵੀਰਨਾ ਨੇ ਵੀ ਲੈਣਾ, ਹਾਂ 10-12 ਕਿੱਲੇ ਹੋਰ ਹੈ ਜੇ ਮੈਂ ਸ਼ੁਰੂ ਕਰਦੇ ਤਾਂ ਹੁਣ ਮੇਰੇ ਲੱਗੇ ਤਾਂ ਉਹਨਾਂ ਦੀ ਵਾਰੀ ਆਉਣੀ ਹੈ, ਠੀਕ ਹੈ ਤਾਂ ਕਿਤੇ ਜਾ ਕੇ ਲੱਗਣੇ ਆ ਬੰਦੇ ਫਿਰ ਹੋਰ ਪਾਸੇ ਨੂੰ ਕਰੀ ਜਾਂਦੇ ਵੀ ਕਿੱਧਰ ਲਾਈਏ ਕਿਆ ਕਰੀਏ ਦੱਸੋ ਗਾਹਣ ਕਰੋ ਤਾਂ ਸਾਨੂੰ ਕਰਨਾ ਪੈਂਦਾ, ਕਈ ਬੰਦੇ ਕਹੀ ਜਾਂਦੇ ਇੰਨੀ ਗਰਮੀ 'ਚ ਤਾਂ ਹੀ ਨਾ ਲਾਓ ਆਹ ਲਾਓ, ਪਰ ਮੁੜ ਕੇ ਬਾਈ ਇੱਧਰ ਨੂੰ ਵੀ ਦੇਖੋ ਉਹ ਕਮਾਲ ਕਰਦੇ ਪਾਣੀ ਇੱਧਰ ਜਿਹੜੇ ਮੇਰੇ ਦੋ ਖੇਤ ਲੱਗੇ ਇਹ ਉਹਤੋਂ ਉੱਪਰ ਇੱਥੇ ਨੂੰ ਪਾਣੀ ਜਾਣਾ ਇੱਧਰ ਨੂੰ ਉੱਧਰ ਪਾਸੇ ਤੇ ਕਮਾਲ ਪੜਦਾ ਪਰਲਾ ਫਿਰ ਉੱਪਰ ਦੇ ਪਾਣੀ ਜਿਹੜੇ ਮੇਰੇ ਪਰਲੇ ਖੇਤ ਹੈ ਉੱਧਰ ਨੂੰ ਜਿਹੜੇ ਅੰਬੇ ਵਾਲੀ ਮੋਟਰ ਨੂੰ ਮੋਟਰ ਛੱਡੀ ਆ ਉੱਥੇ ਨੂੰ ਹੋ ਕੇ ਬਾਕੀ ਜਿੱਥੇ ਪ੍ਰਧਾਨ ਜੀ ਨੇ ਲਾਤੀ ਜਗਦੀਪ ਨੇ ਲਾਤੀ ਉੱਧਰ ਨੂੰ ਹੋ ਕੇ ਦਰਿਆ 'ਚ ਜਾਣਾ ਪਾਣੀ ਅਤੇ ਇਸੇ ਡਰ ਮਾਰੇ ਅਸੀਂ ਪਹਿਲਾਂ ਲਾਉਂਦੇ ਤੁਹਾਨੂੰ ਪਹਿਲਾਂ ਕੱਲ੍ਹ ਵਾਲੀ ਵੀਡੀਓ 'ਚ ਵੀ ਦੱਸਿਆ ਬਾਕੀ ਬਾਈ ਪਾਣੀ ਦਾ ਕੋਈ ਉਹ ਨਹੀਂ ਹੈਗਾ ਸਾਡੇ ਦਾ ਦੇਖੋ
ਰੱਬ ਦੀ ਕਿਰਪਾ ਨਾਲ ਬਥੇਰਾ 30 ਫੁੱਟ 'ਤੇ ਪਾਣੀ ਹੈ ਅਤੇ ਕੋਈ ਉਹ ਨਹੀਂ ਹੈਗਾ। ਏਰੀਏ ਏਰੀਏ 'ਤੇ ਫਰਕ ਹੈ, ਕਿੱਥੇ ਡੂੰਘੇ ਹੈਗੇ ਉੱਥੇ ਹਲੇ ਨਾ ਲਾਓ, ਮੀਂਹ ਦੇਖ ਕੇ ਲੈ ਲਓ ਪਾਣੀ। ਸਾਡੇ ਏਰੀਏ 'ਚ ਤਾਂ ਪਾਣੀ ਉੱਪਰੇ ਹੈ, ਇਸ ਕਰਕੇ ਚੱਕਰ ਪੈ ਜਾਂਦਾ ਵੀ ਪਹਿਲਾਂ ਲਾ ਲੈਂਦਾ। ਸਾਡੇ ਤਾਂ ਦੋ ਮੀਂਹ ਪੈ ਗਏ, ਮੁੜ ਕੇ ਉਰੇ ਪਾਣੀ ਨਹੀਂ ਰੁਕਣਾ, ਵੱਟਾਂ ਵੁੱਟਾਂ ਕੋਲ ਦਿਖਣਾ ਹੀ ਨਹੀਂ। ਤੁਸੀਂ ਪਿਛਲੀ ਵੀਡੀਓ 'ਚ ਵੀ ਦੇਖਿਆ ਮੀਂਹ ਦੱਸੇ ਬੀਬੀ ਹੈਗੇ, ਕਹਿੰਦੇ ਹੁਣ ਦੇਖਦੇ 24-25 ਨੂੰ ਮੀਂਹ ਦੱਸਿਆ ਵਾ ਕਹਿੰਦੇ ਲਗਾਤਾਰ। ਫਿਰ ਕਿੱਥੇ ਕਰੂੰਗਾ, ਸਾਨੂੰ ਐਂ ਵੀ ਮਾੜੀ ਮੋਟੀ ਜੜ ਫੜ ਲਵੇ, ਬਾਕੀ ਤਾਂ ਅੱਧੀ ਹੜਾਏ ਲੈ ਜਾਂਦੇ। ਤੁਹਾਨੂੰ ਪਹਿਲਾਂ ਵੀ ਦੇਖੀ ਆ ਪਿਛਲੀ ਵੀਡੀਓ 'ਚ, ਦੁਬਾਰੇ ਲਾਈ ਸੀ ਉੱਤੇ। ਮੀਂਹ ਪੈਣਾ ਲਾਜ਼ਮੀ ਜ਼ਰੂਰੀ ਚਾਹੀਦਾ ਬਾਈ, ਤਾਂ ਪਾਣੀ ਵੀ ਤਾਂ ਤੁਰਦਾ, ਨਹੀਂ ਤਾਂ ਦੇਖੋ ਪਾਣੀ ਵੀ ਨਹੀਂ ਤੁਰਦੇ ਹੈਗੇ। ਮੋਟਰਾਂ ਵੀ ਕਿਆ ਕਰਨ, ਬੇਸ਼ੱਕ ਪਾਣੀ ਦੇਖੋ ਕਿੰਨਾ ਹੈ, 4 ਇੰਚੀ ਪਾਣੀ ਮਾਰਦੇ ਸਾਡੀ ਮੋਟਰਾਂ, ਪੂਰਾ ਪਾਣੀ 4-5 ਇੰਚ ਉਹਦੀਆਂ ਉੱਪਰ 'ਤੇ ਦਿਖੂਗੀ ਅਤੇ 7.5-7 ਦੇ ਮੋਟਰਾਂ। ਅਸੀਂ ਤਾਂ ਬਿਜਲੀ ਵਾਲੇ ਪਰ ਵੀ ਬਹੁਤਾ ਲੋਡ ਨਹੀਂ ਪਾਉਂਦੇ ਬਾਈ, ਮੋਟਰਾਂ ਛੋਟੀਆਂ ਸਾਡੀਆਂ, ਹੋਰ ਪਾਸੇ ਤਾਂ ਇੰਨੀ ਇੰਨੀ ਮੋਟਰਾਂ ਆਪੇ ਡੂੰਘੇ, ਤਾਂ ਕਰਕੇ ਸਾਡਾ ਤਾਂ ਉੱਧਰ ਵੀ ਇੰਨਾ ਨਹੀਂ ਹੁੰਦਾ। ਪਰ ਲਾਈਟ ਨੇ ਵੀ ਤੰਗ ਕਰੇ, ਅੱਜ ਵੀ 2 ਟ੍ਰਿਪ ਮਾਰ ਗਈ, ਕੱਲ੍ਹ 1 ਮਾਰਿਆ ਦਾ 2.5 ਘੰਟਿਆਂ ਦਾ, 2-2.5 ਘੰਟੇ ਕੱਲ੍ਹ ਹੋਣਾ ਜਿਹਨੇ, ਅਤੇ ਅੱਜ ਵੀ 2-3 ਟ੍ਰਿਪ ਮਾਰ ਗਈ ਅਤੇ ਉਨੇ ਜੇ ਪਾਣੀ ਫਿਰ ਰੁਕ ਜਾਂਦਾ ਹੈ, ਫਿਰ ਤੁਰ ਪੈਂਦਾ। ਇਹ ਕੰਮ ਬਹੁਤ ਹੁੰਦਾ ਬਾਈ, ਪ੍ਰੋਪਰ 8 ਘੰਟੇ ਆ ਜਾਵੇ ਤਾਂ ਠੀਕ ਆ। ਪਤਾ ਨਹੀਂ ਭਗਵੰਤ ਮਾਨ ਦੀ ਸਰਕਾਰ ਨੂੰ ਕਿਆ ਹੋ ਗਿਆ, ਪਤਾ ਨਹੀਂ ਤਾਂ ਥੋੜ੍ਹੀ ਜਿਹੀ ਸੀਟਾਂ ਘੱਟ ਮਿਲੀਆਂ ਇਸ ਕਰਕੇ, ਨਹੀਂ ਤਾਂ ਲਾਈਟ ਬਹੁਤ ਛੱਡ ਰੱਖੀ ਬਾਈ ਹੁਣ ਤੱਕ, ਜਦ ਤੱਕ ਵੋਟਾਂ ਨੂੰ ਸੁਣੀ। ਚਲੋ ਹੁਣ ਉੱਧਰ ਦਿਖਾਉਂਗੇ ਤੁਹਾਨੂੰ ਬਾਅਦ 'ਚ। ਫਿਰ ਬੰਦੇ ਕਹਿ ਦਿੰਦੇ ਵੀ ਹੋਰ ਕੁਛ ਲਾ ਲਓ, ਆਹ ਬੀਜ ਲਓ, ਉਹ ਬੀਜ ਲਓ। ਬਾਈ ਸਾਡੇ ਏਰੀਏ 'ਚ ਕੁਛ ਨਹੀਂ ਹੋ ਸਕਦਾ, ਮੂੰਗੀ ਮਾਂ ਕੁਛ ਲਾ ਲਓ, ਛੋਲੇ ਕੁਛ, ਸਭ ਖਤਮ ਹੋ ਜਾਣਾ ਪਾਣੀ ਨਾਲ। ਅਸੀਂ ਅਤੇ ਕੁਛ ਲਾ ਲਓ ਸਾਡੇ ਏਰੀਏ 'ਤੇ, ਤੁਸੀਂ ਪਹਿਲੀਆਂ ਵੀਡੀਓ ਸਾਡੀਆਂ ਦੇਖ ਲਿਓ, ਬਹੁਤ ਪਾਣੀ ਆਉਂਦਾ, ਦੇਖਿਆ ਹੀ ਹੈ ਤੁਸੀਂ, ਪੰਪ 2-2, 4-4 ਦਿਨ ਤਾਂ ਜੀਰੀਆਂ ਹੀ ਨਹੀਂ ਦਿਖਦੀਆਂ, ਸੇਮ ਚੜ੍ਹ ਜਾਂਦੀ ਹੈ ਸਾਡੇ ਫਿਰ ਜ਼ਿਆਦਾ। ਇਹ ਤਾਂ ਹਾਲ ਦੇਖਦਾ, ਕੱਪੜੇ ਫਿਰ ਪਾ ਕੇ ਆਇਆ, ਕੱਪੜੇ ਕੁੱਪੜੇ ਦੇਖੋ ਤੇ ਹੁਣ ਬੱਚੇ ਚੱਲਦਾ ਇੱਕ ਨਹੀਂ, ਆਹ ਮੋੜੀ ਕਿੰਨੀ ਚੜ੍ਹਾਈ ਕੈਪਰੀ ਮੈਂ ਹੋਊਗੀ ਭਾਈ, ਸੱਤ ਮਜ਼ਾ ਇੱਧਰ ਚੱਲ ਨੀ ਰਿਹਾ ਤਾਂ ਕੰਮ, ਦੇਖਿਆ ਵੀ ਉਹ ਮੋਟਰ ਓਹਦਾ ਹੀ ਨੀ ਪੂਰਾ ਕਰ ਰਹੀ, ਫਿਰ ਅਸੀਂ ਐ ਬਣਾ ਰੂਟ ਨਹੀਂ ਤੇ ਇਹਦਾ ਪਾਣੀ ਖੇਤ ਨੂੰ, ਠੀਕ ਹੈ ਫਿਰ ਹੁਣ ਓਹਲੇ ਨੂੰ ਜਾਂਦਾ ਲਿਆਤਾ।
ਪੂਰੀ ਪੂਰੀ ਜੀ ਹੋ ਜਾਂਦਾ ਪਾਣੀ ਇੱਧਰ ਨੂੰ ਨੀਵਾਂ ਹੋ ਗਿਆ, ਸਾਰਾ ਗਿੱਲਾ ਹੋ ਗਿਆ ਤਾਹੀ ਹੈ ਨਾ, ਸਾਰਾ ਗਿੱਲਾ ਹੋ ਗਿਆ ਇੱਧਰ ਵੀ ਕਾਰਨ ਸਾਡਾ ਫੱਟੜ ਹੋਇਆ ਹੋਇਆ ਬਾਈ ਪਨੀਰੀ ਪਨੂਰੀ ਧੋਣੇ ਨੂੰ ਚਾਹ ਚੂ ਧੋਣੇ ਨੂੰ ਰੱਖਿਆ ਹੋਇਆ ਸੀ ਸਾਡੀ ਆਹ ਘਰੀ ਚੱਲ ਤੂੰ, ਹੁਣ ਪਨੀਰੀ ਪ੍ਰਧਾਨ ਜੀ ਦੇ ਪਟਣ ਗਏ ਹੋਏ ਆ, ਉਹ ਕਹਿੰਦਾ ਪੱਟ ਲਾ ਮੈਂ ਗਾਹਣ ਕਰਨਾ ਡੇਢ ਕਿੱਲੇ ਦੀ ਪਈ ਬਚ ਗਈ ਜੇ ਲੈਣੀ ਤਾਂ ਲੈ ਜਾ, ਮੈਂ ਕਿਹਾ ਚਲੋ ਫਿਰ ਪੱਟ ਲਿਆਉਂਦੇ, ਹੁਣ ਇਹ ਪਹਿਲਾਂ ਬੰਦੇ ਨੂੰ ਉੱਥੇ ਛੱਡ ਕੇ ਆ, ਹੁਣ ਲੈ ਕੇ ਆਊਗਾ, ਦੋ ਕੁ ਮਿੰਟ ਪ੍ਰਧਾਨ ਜੀ ਨਾਲ ਵੀ ਜੇ ਹੋਏ ਉੱਥੇ ਗੱਲ ਕਰਾ ਦੀ, ਸਾਡੇ ਜੀਰੀ ਦੇਖੀ ਜੀ ਉੱਥੇ ਜੀ ਸਾਡੇ ਜਗਦੀਪ ਜੀ ਦੇਖ ਕੇ ਆਉਂਦੀ ਜੀਰੀ, ਬੰਦਿਆਂ ਨੇ ਜੀਰੀ ਦੇਖੋ ਇੱਧਰ ਬਾਈ ਕਿੰਨੀ ਵਧੀਆ ਲਾਈ ਹੋਈ ਹੈ, ਹੁਣ ਠੀਕ ਆ ਬੰਦੇ ਰੇਟ ਲਾਉਂਗੇ ਤਾਂ ਜੀ ਵੀ ਕਰਦਾ ਵੀ ਹਾਂ ਬੰਦੇ ਨੂੰ ਰੇਟ ਠੀਕ ਹੈ, ਜੋ ਬੰਦੇ ਨੇ ਰੇਟ ਚੜਿਆ ਉਹ ਇੰਨਾ ਰਹਿ ਗਿਆ, ਸਾਡੇ ਵਾਲੇ ਬੰਦੇ ਬਹੁਤ ਦੂਰ ਲਾ ਦਿੰਦੇ ਵਿੱਚ ਕਾਹਲੀ ਕਰਦੇ ਡੱਕਾ ਪੱਟ ਹੁੰਦਾ, ਆਹ ਪਰੋਈ ਪਈ ਆ ਮੋਤੀਆਂ ਵਾਂਗ ਵਿੱਚ, ਬੰਦਾ ਚਾਹੇ ਦੋ ਥੱਲੇ ਰੇਹਦੇ ਪਾ ਲੈਂਦੇ ਹੋਰ ਕੁਛ ਪਾਉਣ ਦੀ ਲੋੜ ਨਹੀਂ, ਇਹ ਚਾਰ ਚਾਰ ਬੁੱਝੇ ਵੀ ਕਰਕੇ ਪੂਰਾ ਪੂਰੀ ਪਨੀਰੀ ਲੱਗੀ ਹੋਈ ਹੈ, ਜਿੰਨੀ ਕਹਿੰਦੇ ਕਿੱਲੇ 'ਚ ਲੱਗਣੀ ਚਾਹੀਦੀ ਉਸ ਹਿਸਾਬ ਨਾਲ ਪਨੀਰੀ ਲੱਗੀ ਹੋਈ ਹੈ, ਰਵਿੰਦਰ ਨਾਲ ਨੇ ਠੇਕੇ 'ਤੇ ਲਈ ਹੋਈ ਹੈ, ਗੁਰਪ੍ਰੀਤ ਨੇ ਗੰਨਾ ਲਾਇਆ ਹੋਇਆ ਆ ਕੇ ਇੱਕ ਬੂਟਾ ਲਾ ਕੇ, ਆਹ ਬੈਣਾ ਦਾ ਉਹ ਕਰਾ ਦੇਖ, ਬੈਣਾ ਨੇ ਉਹਦੇ ਬੂਟੇ ਤੋੜੇ ਵੀ ਉੱਪਰ ਲੱਗੇ ਕਿਤੇ, ਉਹ ਦੇਖੋ ਬੂਟੇ ਤੋੜੇ ਨੇ ਮਤਲਬ ਕਿ ਬਚੋ ਰਿਹਾ, ਹੁਣ ਇਹ ਤਾਜ਼ੇ ਹੀ ਤੋੜੇ ਹੈ, ਇੱਕ ਦੋ ਆਪਣੇ ਉਹ ਉੱਧਰ ਗੰਨੇ ਵਾਲੇ ਜਿਹੜੇ ਤੋੜੇ ਇਹ ਪਹਿਲਾਂ ਦੇਖ ਲਿਆ ਉਹਦੇ ਬੜੀਆਂ ਹੁਣ ਹੁਣ ਫਿਰ ਹੱਟ ਗਈਆਂ ਵਿੱਚ ਨੂੰ ਗੇੜਾ ਮਾਰ ਗਈਆਂ, ਅੱਗੇ ਬਹੁਤ ਦੇ ਉਹਦੇ ਹੁਣ ਨਦੀ ਜੀ ਵਿੱਚ ਸਾਫ਼ ਹੋਣ ਕਰਕੇ ਅੱਗੇ ਲੰਘ ਗਿਆ ਕਿਤੇ, ਆਹ ਦੇਖ ਲਓ ਬਾਈ ਰਿਕਾਰਡ ਬਣਾਇਆ ਹੋਇਆ, ਇਹ ਬਣਾਈ ਹੋਈ ਹੈ ਗੁਰਪ੍ਰੀਤ ਨੇ ਡਿੱਗੀ ਜੀ ਉੱਚੀ, ਉਹਨੇ ਇੱਕ ਪੈਪ ਇੱਧਰ ਨੂੰ ਖੋਲ੍ਹਿਆ ਅਤੇ ਚੱਕਰ ਨੂੰ ਕਰਿਆ ਹੋਇਆ, ਆਹ ਮੈਂ ਦਿਖਾਉਂਦਾ ਤੁਹਾਨੂੰ, ਆਹ ਦੇਖ ਲਓ ਆਹ ਬਣਾਈ ਹੋਈ ਤੇ ਉਹਨੇ ਪੈਪ ਲਾਇਆ ਹੋਇਆ ਇੱਕਣਾ, ਇਹ ਦੋ ਪੈਪ ਲਾਏ ਹੋਏ ਆ, ਇੱਧਰ ਨੂੰ ਮੂੰਹ ਕਰਿਆ ਬਾਈ ਖੁਦ ਨੂੰ ਜਾਣੀ ਖੇਤ ਨੂੰ, ਹੁਣ ਇਹ 'ਚ ਆਹ ਲਾ ਕੇ ਵੀ ਇੱਕ ਨੇ ਝੱਲਣਾ ਨਹੀਂ ਤਾਂ ਉਹਨੇ ਪਾਣੀ, ਇਹਨੂੰ ਆਹ ਲਾ ਕੇ ਆਹ ਪੈਪ ਗੇਰ ਕੇ ਇੱਥੇ ਪੈਪ ਗੇਰਤੇ, ਇਹ ਮਤਲਬ ਕਿ ਇੱਧਰ ਨੂੰ ਤਾਂ ਮਾੜਾ ਜਿਹਾ ਹੀ ਪਾਣੀ ਜਾ ਰਿਹਾ ਹੈ, ਮੰਨ ਲਓ 20% 20-25%, ਬਾਕੀ ਦਾ ਇੱਧਰ ਨੂੰ ਨਿਕਲੀ ਜਾਂਦਾ ਹੈ, ਇੱਧਰ ਵੀ ਫਿਰ ਬੈਂਡ ਪਾਇਆ ਇੱਥੇ ਲਫਾਫਾ ਲਪੇਟਿਆ, ਗੁਰਪ੍ਰੀਤ ਕਹਿੰਦਾ ਇਹ ਹੇਠਾਂ 'ਤੇ ਟੁੱਟੀ ਹੋਈ ਹੈ, ਜੇ ਤੂੰ ਇੱਥੇ ਪਾਣੀ ਗੇਰਤਾ ਤਾਂ ਇਹ ਪਾਣੀ ਇਹ ਖੇਤ 'ਚ ਆ ਜਾਣਾ, ਤੇਰੇ ਖੇਤ 'ਚ ਪਾਣੀ ਜਾਣਾ, ਆਹ ਲਫਾਫਾ ਪਾਇਆ ਬਾਈ ਜਿਹੜਾ ਬੱਟਾਂ ਨੂੰ ਲੱਗਿਆ ਵਾ ਦੇਖੋ, ਜਿਹੜੇ ਹੇਠਾਂ ਵੀ ਲਾਇਆ ਐਲੇ ਲਾਏ, ਆਹ ਬੰਨ ਬੰਨਿਆ, ਆਹ ਬੰਨ ਬੰਨ ਕੇ ਤਾਂ ਪਾਣੀ ਆ ਦਰਿਆ ਦੇ ਇੱਧਰ ਕਹਿੰਦੇ ਵੀ ਉੱਚੇ ਵੱਲ ਨੂੰ ਚੜਾਇਆ ਹੋਇਆ, ਐਂ ਇਹ ਚੜਾ ਦਿਆ ਬਾਈ ਫਿਰ ਆਪਾਂ ਉੱਚੇ ਵੱਲ ਨੂੰ ਪਾਣੀ, ਬੰਨ ਬੜਾ ਲਾਇਆ ਪਿਆ ਫਿਰ ਆਹ ਪੈਪ ਇਹਦੇ ਬਣਵਾਉਣਾ ਤਾਂ ਜੀਰੀ 'ਚ ਨੀਵਾਂ ਤਾਂ ਜਗਾੜ ਕਰਿਆ ਇਹ, ਆਹੋ ਦੇਖ ਲੱਕੜ ਉੱਥੇ ਲਾਈ ਹੋਈ ਅਤੇ ਪਾਣੀ ਖੜਦਾ ਹੀ ਨਹੀਂ ਤਾਂ, ਐਂ ਫਿਰ ਰੋਕ ਕੇ ਲਾ ਕੇ ਇਕੱਲੇ ਬੰਦੇ ਨੂੰ ਫਿਰ ਐਕਣਾ ਲਾ ਕੇ, ਇਹਨਾਂ ਨੂੰ ਰੇਤਾ ਜ਼ਮੀਨ ਹੈ ਥੋੜ੍ਹੀ ਜਿਹੀ, ਇਹ ਜਦੇ ਹੜਾ ਦਿੰਦਾ ਤਾਂ ਫਿਰ ਉਹ ਲਾ ਕੇ ਫੱਟੀ ਤਾਂ ਖੜਾਇਆ, ਪਾਣੀ ਉੱਚਿਆਂ ਵੱਲ ਚੜਾ ਦਿਆ ਬਾਈ, ਉਹ ਹੈ ਜੀ ਗੁਰਪ੍ਰੀਤ ਦੀ ਮੋਟਰ, ਆਹ ਸੈਲਰ ਬਣਦਾ ਇਹ ਸਾਹਿਬ ਜੋਤਨਾਂ ਦਾ, ਇੱਧਰ ਇੱਕ ਹੋਰ ਵੀ ਚੱਕਰ ਹੈ ਬਾਈ ਜੇ ਇੱਕ ਦੋ ਵਾਰ ਨਦੀ ਆ ਗਈ ਨਾ ਤਾਂ ਆਹ ਖੇਤ ਸਾਡੇ ਦਲ ਦਲ ਜੇ ਵਾਲੇ ਹੋ ਜਾਂਦੇ, ਟਰੈਕਟਰ ਤਾਂ ਬਿਲਕੁਲ ਚੱਲਦਾ ਹੀ ਨਹੀਂ, ਫਿਰ ਸੇਮ ਆ ਜਾਂਦੀਆਂ ਖੇਤਾਂ 'ਚ।
ਹੁਣ ਮੇਰੇ ਨਾਲ ਖਾਲ ਲੋਡ ਵੀ ਚੱਲੀ ਹੈ ਇਹ, ਅਤੇ ਹੁਣ ਮੈਂ ਜਾਣਾ ਘਰ, ਇੱਕ ਤਾਂ ਟਰੈਕਟਰ ਲਿਆਉਣਾ, ਦੇਖਦਾ ਉੱਧਰ ਵੀ ਕਿੰਨਾ ਪਰਲੇ ਪਾਸੇ ਜਾ ਕੇ ਕਿੰਨਾ ਕੁ ਰਹਿ ਗਿਆ, ਅਤੇ ਟਰੈਕਟਰ ਲੈ ਕੇ ਆਉਣਾ, ਬਾਕੀ ਮੱਝਾਂ ਵੀ ਚੋਣੀਆਂ, ਰਾਮ ਕ੍ਰਿਸ਼ਨ ਆਪਣਾ ਛੁੱਟੀ ਕਰ ਗਿਆ, ਕਹਿੰਦਾ ਮੈਂ ਡੀਵੀ ਲਾਉਣੀ ਹੈ, ਮੱਝਾਂ ਵੀ ਜਾਗੂੰਗਾ, ਦੁੱਧ ਆਪਣੇ ਚਾਰ ਕੁ ਮੱਝੇ ਦਿੰਦੀਆਂ, ਬਾਕੀ ਸੋਣ ਨੂੰ ਹੈ, ਬਾਕੀ ਹੁਣ ਜਾ ਕੇ ਪਹਿਲਾਂ ਉਹ ਵੀ ਜੁਆਇਨ, ਉਹ ਵੀ ਜ਼ਰੂਰੀ ਹੈ ਬਾਈ, ਉਹ ਤੋਂ ਬਾਅਦ ਨਾਲੇ ਆਪਣਾ ਟਰੈਕਟਰ ਲਿਆਉਣਾ, ਕੰਮ ਕਰਨਾ, ਤੁਹਾਨੂੰ ਉੱਧਰ ਵੀ ਦਰਸ਼ਨ ਕਰਾ ਦਿੰਦੇ ਵੀ ਕਿੰਨਾ ਭਰ ਗਿਆ ਕਿੰਨਾ ਨਹੀਂ, ਪਰ ਉਹ ਮੈਂ ਸੱਚ ਹੋਏ ਤੋਂ ਬਾਅਦ। ਲਓ ਜੀ, ਅਤੇ ਇੱਧਰ ਆ ਗਿਆ ਪ੍ਰਧਾਨ ਅੰਕਲ ਜੀ ਦੇ ਖੇਤਾਂ ਵੱਲ, ਅਤੇ ਇੱਥੇ ਤਾਂ ਪੱਟੀ ਆ ਪਨੀਰੀ, ਅਤੇ ਕਰਤੀ ਉਹ ਛੋਟੀ ਟਰਾਲੀ 'ਚ ਲੋਡ, ਚਾਹ ਲਿਆਉਂਦੀ ਹੈ ਇਹਨਾਂ ਨੂੰ, ਬੰਦਿਆਂ ਨੂੰ ਉਹਨੇ ਕਰਤੀ, ਅਤੇ ਇੱਧਰ ਮਿਲੋ ਪ੍ਰਧਾਨ ਅੰਕਲ ਜੀ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਹੋਰ ਸੁਣਾਓ ਠੀਕ ਠਾਕ ਜੀ? ਹਾਂ ਲਓ ਠੀਕ ਹੋ, ਵਧੀਆ ਵੀਰ ਤੇ ਇੱਧਰ ਹੈ ਸਾਰੀ, ਹਾਂ ਪਨੀਰੀ ਆ ਗਿਆ, ਪਨੀਰ ਵਾਲੇ ਵਿਹਲੇ ਹੋ ਗਏ ਹੁਣ, ਠੀਕ ਹੈ ਹੁਣ ਇੱਧਰ ਵੀ ਲਾ ਦੇਣੀ ਬਸ, ਹਾਂ ਲਾ ਦੇਣੀ, ਕੱਲ੍ਹ ਵੀ ਫੇਰੇ ਰੌਣਗੇ ਬੰਦੇ, ਠੀਕ ਹੈ ਇੱਧਰ ਆ ਸਾਰੀ ਲਾ ਗਈ, ਹੋ ਗਏ ਵਿਹਲੇ ਬਸ, ਆ ਲਾ ਗਏ ਅਜੇ ਹੁਣ, ਹਾਂ ਅੱਜ ਕੰਮ ਫਾਈਨਲ, ਠੀਕ ਹੈ ਠੀਕ ਹੈ, ਕੱਲ੍ਹ ਹੁਣ ਤਾਂ ਕੱਲ੍ਹ ਲੈਟ ਥੋੜ੍ਹੀ ਜਿਹੀ ਘੱਟ ਆਈ ਆ, ਹਾਂਜੀ ਫਿਰ ਤੇਰਾ ਪਾਪਾ ਕਹਿੰਦਾ ਕੱਲ੍ਹ ਨੂੰ ਪਨੀਰ ਪੱਟੂਗਾ, ਮੈਂ ਚੱਲ ਕੱਲ੍ਹ ਨੂੰ ਪੱਟ ਲਈ, ਇਹਦੇ ਕਰਕੇ ਹੋ ਗਿਆ ਕੰਮ, ਇਹਦੇ ਕੱਲ੍ਹ ਲਾਤੀ ਸੀ ਉਰੇ, ਮੇਰੀ ਕਿੱਥੇ ਲਾਉਂਦੇ, ਹਾਂਜੀ ਹੁਣ ਕੱਲ੍ਹ ਨੂੰ ਹੱਜ ਵੀ ਲਾਦੇ, ਦੋ ਜਣੇ ਜਾਊਗਾ ਲੱਦ ਕੇ ਸਵੇਰੀ ਹੋ, ਠੀਕ ਹੈ 4:30 ਵਜੇ, ਉੱਪਰ ਦੇ ਕਰਕੇ ਲਿਆਉਂਗਾ ਉੱਥੇ ਦੇ ਬੈਗ, ਸਟਾਰਟ ਵੀ ਆਉਣਾ ਹੈ ਧੱਕਾ ਲਾ ਕੇ, ਇਹਦੀ ਬੈਟਰੀ ਦਾ ਵੀ ਕੱਲ੍ਹ ਨੂੰ ਪਾਪਾ ਕਹਿੰਦੇ ਬੰਦ ਕਰਦੇ ਆ, ਉਹ ਚਾਹ ਪੀ ਲਵੇ ਬਈ, ਹੁਣ ਇਹਨਾਂ ਨੇ ਕਰ ਦੇਣਾ ਬਥੇਰੇ ਜਣੇ ਆ, ਹੋ ਜਾਣਾ ਇਹਦਾ ਜਦੇ ਹੋ ਜਾਂਦਾ, ਕੱਲ੍ਹ ਨੂੰ ਇਹਦਾ ਬੈਟਰੀ ਦਾ ਕੰਮ ਵੀ ਕਰਵਾ ਕੇ ਲਿਆਉਣਾ ਟਰੈਕਟਰ ਦਾ, ਮਹਿੰਦਰੇ ਦਾ, ਇਹਦੀ ਬੈਟਰੀ ਡੈਡ ਆ ਹੁਣ ਜਮਾ ਹੀ, ਅਤੇ ਆਹ ਬੀਜੀ ਹੋਈ ਇੱਧਰ, ਚੱਲਦੇ ਆ ਟਰੈਕਟਰ ਲੈ ਕੇ, ਬੱਚਾ ਆਪ ਹੀ ਲੈਣ ਦੂਏ ਇਹਨਾਂ ਨੂੰ, ਪਾ ਕੇ ਟਰਾਲੀ ਚੱਲਦੇ ਆ ਖੇਤਾਂ 'ਚ ਜਿੱਥੇ ਲਾਉਣੀ ਆ, ਦੇਖਦੇ ਆ ਬਾਕੀ ਅੱਜ ਥੋੜ੍ਹੇ ਬੰਦੇ, ਥੋੜ੍ਹੇ ਬਹੁਤੇ ਬੰਦਿਆਂ ਨੂੰ ਅੱਜ ਲਾਉਣ ਨੂੰ ਕਹਿ ਦੇਣਾ, ਅੱਧੇ ਪਨੀਰੀ ਤਾਰੂੰਗੇ, ਇੰਨੇ ਨੂੰ ਲਾਉਣ ਨੂੰ ਕਹਿ ਦੂੰਗਾ ਥੋੜ੍ਹਿਆਂ ਨੂੰ, ਦੇਖਦੇ ਆ ਬਾਕੀ ਹੁਣ ਕਿੱਥੇ ਜਾ ਕੇ, ਚਲੋ ਚੱਲਦੇ ਜੀ। ਲਓ ਜੀ ਬਾਈ, ਮੱਝਾਂ ਮੁੱਝਾਂ ਚੋ ਕੇ ਆ ਗਿਆ ਇੱਧਰ ਖੂਹ ਵੱਲ, ਆ ਦੇਖੋ ਹੋਇਆ ਇੱਧਰ ਗਾਹਣ, ਇਹ ਲਵਾ ਮੈਂ ਤਾਂ ਨਹੀਂ ਰਿਹਾ, ਉਹ ਪੈਪ ਗਿਰਿਆ ਹੋਇਆ ਉਹ ਸਫੈਦਿਆਂ ਦੇ ਕੋਲ, ਇੱਕ ਮੋਟਰ ਦਾ ਪਾਣੀ ਆਪਣਾ ਉਹ ਆ ਰਿਹਾ ਖੁੱਲ੍ਹਿਆ ਹੋਇਆ, ਅਤੇ ਇੱਕ ਮੋਟਰ ਦਾ ਪੈਪ ਗਿਰਿਆ ਹੋਇਆ, ਉਹ ਫਿਰ ਇੱਥੇ ਨੂੰ ਪਾਣੀ ਆਉਂਦਾ, ਮੈਂ ਕਿਹਾ ਵੀ ਡੁੱਬ ਨਾ ਜਾਵੇ, ਇੱਕ ਅੱਧਾ ਦਿਨ ਅੱਟ ਕੇ ਲਾ ਲਾਂਗੇ, ਹੁਣ ਆਹ ਕਹਿ ਰਿਹਾ ਦੇਖੋ ਨੱਕੋ ਨੱਕ ਭਰ ਜਾ ਪਾਣੀ, ਦੇਖੋ ਕਿਵੇਂ ਦੇ, ਮਤਲਬ ਉਹ ਮੋਟਰ ਨੇ ਕਹਿੰਦਾ ਉੱਧਰ ਦੇ ਭਰਦੀ ਮੈਂ ਇੱਧਰ ਆਈ, ਹੁਣ ਇਹਦਾ ਪਾਣੀ ਐਂ ਟੱਪਣ ਲੱਗ ਗਿਆ ਉੱਪਰ ਮੈਂ ਪਹੀ ਦੇ, ਅਤੇ ਹੁਣ ਇਹਨੇ ਆਪਣਾ ਉੱਧਰ ਇੱਕ ਕਹਿ ਰਿਹਾ ਅੰਬ ਵਾਲੇ ਕਹਿੰਦੀ ਭਰ ਗਿਆ, ਉਹਨੂੰ ਗਾਹਣ ਕਰਦਾ, ਅਤੇ ਇਹਨਾਂ ਨੂੰ ਇਹ ਹੋ ਜੂਗਾ, ਇਹ ਦੋ ਖੇਤ ਨੇ ਪਹਿਲਾਂ ਉਹ ਕਰਕੇ ਆਉਂਗੇ, ਇਹਨਾਂ ਨੂੰ ਬਾਅਦ 'ਚ ਕਰੂੰਗਾ ਐਂਡ, ਕਿ ਇਹਨਾਂ ਦਾ ਪਾਣੀ ਤਾਂ ਫਿਰ ਵੀ ਉੱਪਰ 'ਤੇ ਆ ਹੀ ਜਾਣਾ ਉੱਪਰਲੇ ਖੇਤ 'ਚੋਂ, ਇਹਦੇ ਨੱਕੇ ਨੁੱਕੇ ਬਾਅਦ 'ਚ ਐਂਡ 'ਚ ਬੰਦ ਕਰੂੰਗੇ ਲੈਟ ਲੁਟ ਭੱਜੇ, ਅਤੇ ਕਹਿੰਦਾ ਉਹਦਾ ਲੋਟ ਕਰਨਾ ਆਪਾਂ ਨੇ, ਦੇਖਾਂਗੇ ਬਸ, ਬਾਕੀ ਬਾਈ ਇਹੀ ਰੀਜ਼ਨ ਹੈ ਸਾਡਾ ਪਹਿਲਾਂ ਲਾਉਣ ਦਾ ਸਟਾਰਟਿੰਗ ਦਾ, ਜਾਂ ਸਾਰਾ ਪਾਣੀ ਕਮਾਲਪੁਰ ਦਾ ਇੱਥੇ ਨਹੀਂ ਆਉਣਾ, ਪਾਣੀ ਮੀਂਹ ਮੂੰਹ ਪੈ ਗਿਆ, ਕੋਈ ਪਹੀ ਨਹੀਂ ਦੇਖਿਆ ਬਾਈ ਹੁਣ ਇੱਧਰ ਨੇ ਤਾਂ ਪਹਿਲਾਂ,
ਤਾਂ ਅਸੀਂ ਉਹ ਨਿਮਾਣ ਵਾਲੇ ਖੇਤ ਪਹਿਲਾਂ ਲਾਉਂਦੇ ਹਾਂ। ਸਾਰਾ ਪਾਣੀ ਪਾਣੀ ਜਲਦੋ ਤੱਕ ਭਾਈ ਦਿਖਦੀ ਹੋਣੀ ਹੁੰਦੀ ਮੇਰੀ, ਤੁਸੀਂ ਦੇਖਿਆ ਹੀ ਹੈ ਖੇਤਾਂ 'ਚ ਤਾਂ ਜਮੇ ਹੀ ਕੁਛ ਨਹੀਂ ਤਾਂ ਦੁਬਾਰੇ ਛਿੱਟਾ ਦਿੱਤਾ ਤਾ ਨਾ ਫਿਰ ਛਿੱਟਾ ਦਿਆ ਵੀ ਫਿਰ ਵੀ ਠੀਕ ਮਾੜੀ ਮੋਟੀ ਠੀਕ ਨਿਕਲੀ ਆਇਆ ਖੇਤ ਤਾਂ ਫਿਰ ਵੀ ਠੀਕ ਹੋ ਗਈ ਅਤੇ ਹਾਲੇ ਜੰਮੀ ਉੱਤੇ ਜਦੋਂ ਪਾਣੀ ਦਾ ਸਾਰਾ ਭਰ ਗਿਆ ਸੀ। ਚਲੋ ਬਾਕੀ ਹੁਣ ਇਹਨੂੰ ਵੀ ਕਰਦਾ ਪਹਿਲਾਂ ਗਾਹਾਂ ਕਰਦਾ ਟਰੈਕਟਰ ਲਿਆ ਕੇ ਮੇਲਾ ਭਰ ਕੇ ਰੱਖਤਾ ਬਾਅਦ ਕੱਟ ਕੇ ਅੱਛੀ ਲਾਉਣਾ ਪੈਣਾ ਅਤੇ ਖਾਰ ਪਾ ਦੇਣੀ ਉਹਨੇ ਜੇ ਉਹ ਥੈਲਾ ਨਾ ਲਾਉਂਦਾ ਇਹਨੇ ਹੋਰ ਖਾਰ ਪਾ ਦੇਣੀ ਸੀ ਪਾਣੀ ਬਹੁਤ ਜ਼ਿਆਦਾ ਚਿੰਨੇ ਨੂੰ ਨਾਲ ਮੈਂ ਕਿਹਾ ਕਹਿੰਦਾ ਬਾਈ ਭਰਿਆ ਨਹੀਂ ਹਾਲੇ ਮੁੜ ਕੇ ਉੱਧਰ ਬਿਜੀ ਦੇ ਅਤੇ ਇੰਨਾ ਖਾਣ ਨੇ ਉਹਨੇ ਜਾ ਕੇ ਚਲਤੀ ਚਲੋ ਉਹ ਵੀ ਹੋ ਜੂਗੀ ਹੁਣ ਇੰਨੀ ਕਿਹੜਾ ਖੇਚਲ ਕੱਟਣੀ ਪੈਣੀ ਸੀ ਬਾਕੀ ਚੇਥਣੇ ਵਾਲਾ ਕੰਮ ਰੱਖਿਆ ਨਹੀਂ ਹੈਗਾ ਆਪਾਂ ਇੱਕਣੀ ਰੱਖਣੀ ਬੱਟਾਂ ਪਹਿਲਾਂ ਹੀ ਤਕੜੀਆਂ ਲਾਤੀਆਂ ਅਤੇ ਬੱਟ ਬਈ ਉਰੇ ਜੇ ਟੁੱਟ ਵੇ ਮੁੜ ਕੇ ਲੋਟ ਨਹੀਂ ਆਉਂਦੀ ਹੈਗੀ ਚੱਲੀਏ ਫਿਰ ਚਲੋ ਪਾਸੋਂ ਚ ਉੱਥੇ ਹਾਲੇ ਇਹ ਪਾਣੀ ਆਹ ਪਾਣੀ ਛੱਡਣ ਤੋਂ ਪਹਿਲਾਂ ਬਾਜਰੇ ਨੂੰ ਚਰੀ ਨੂੰ ਪਾਣੀ ਲਾਇਆ ਤਾ ਅਤੇ ਹੁਣ ਬਾਜਰੇ ਦਾ ਹਾਲ ਦੇਖ ਲਊਗਾ ਮੈਂ ਤੁਹਾਨੂੰ ਦਿਖਾ ਦਿੰਦਾ ਫਿਰ ਜਾ ਕੇ ਮੈਂ ਕਹਿੰਦਾ ਤੇ ਤਾਂ ਪੱਟੀ ਬੰਨੀ ਵੀ ਮੈਂ ਦਿਖਾ ਦਿੰਦਾ ਵੀ ਕਿਆ ਹਾਲ ਹੋ ਗਿਆ ਆ ਗੰਨੇ ਗੁੰਨੇ ਨੂੰ ਪਹਿਲਾਂ ਪਾਣੀ ਲਾਇਆ ਤਾ ਸੀ ਅਤੇ ਹੁਣ ਫਿਰ ਦੁਬਾਰ 'ਤੇ ਐਨ ਉਹੀ ਹੋ ਗਿਆ ਕੰਮ ਵੀ ਪਾਣੀ ਲਾਉਣਾ ਪੈਣਾ ਪਾਣੀ ਵੈਸੇ ਇਹ ਪਤਲਾ ਪਤਲਾ ਹੀ ਖੜਿਆ ਦੋ ਦੋ ਤਿੰਨ ਤਿੰਨ ਕਿਲੋ ਪਾਣੀ ਖੜਿਆ ਭਾਈ ਇਹ ਉਹ ਗਬਲੇ 'ਚ ਵੀ ਜਿਹੜਾ ਜਿਹਾ ਦਿਖਦਾ ਹੁਣ ਇਹਦੇ 'ਚ ਜ਼ਿਆਦਾ ਹੋ ਗਿਆ ਹੁਣ ਕਿਉਂ ਪਾਣੀ ਮੋਟਰ ਦੋਵੇਂ ਚੱਲੀ ਗਈਆਂ ਇਸ ਕਰਕੇ ਆਹ ਦੇਖ ਲਓ ਹਾਲੇ ਪਰਸੋਂ 'ਚ ਉੱਥੇ ਉਰੇ ਪਾਣੀ ਛੱਡਿਆ ਪਰਸੋਂ ਛੱਡਿਆ ਹਾਂ ਕੱਲ੍ਹ ਚੱਲੀ ਆ ਅਤੇ ਅੱਜ ਚੱਲੀ ਆ ਇਹਨਾਂ ਨੂੰ ਭਰ ਕੇ ਫਿਰ ਪਾਣੀ ਛੱਡਿਆ ਤਾ ਚਾਰ ਦਿਨ ਹੋਏ ਮੰਨ ਲਓ ਵੀ ਚਾਰ ਦਿਨ ਹੋਏ ਇਹਨੂੰ ਪਾਣੀ ਲੱਗੇ ਨੂੰ ਬਾਜਰੇ ਨੂੰ ਕਮਲਾਇਆ ਖੜਿਆ ਨਾ ਤਾਂ ਉੱਠਦਾ ਹੁਣ ਮੈਂ ਕਿਹਾ ਰੇਹ ਨਹੀਂ ਪਾਉਣਾ ਰੇਹ ਪਾਏ ਤਾਂ ਇਹਨੂੰ ਬਣ ਜਾਣਾ ਜ਼ਹਿਰ ਚਾਰ ਪੰਜ ਵਾਰ ਰੇਹ ਪਾ ਲਿਆ ਫਿਰ ਵੀ ਨਹੀਂ ਉੱਠ ਰਿਹਾ ਇਹ ਇਹਦੇ ਕਰਕੇ ਹੀ ਵੀ ਆਪਣਾ ਗਰਮੀ ਇੰਨੀ ਹੈ ਆਹ ਦੇਖੋ ਕਿਹੜਾ ਕਹਿ ਦੂਗਾ ਇਹਨੂੰ ਪਾਣੀ ਲੱਗਿਆ ਵਾ ਕੁਛ ਤਾਂ ਪਪੂਲਰ ਖਿੱਚਦੇ ਹਾਂ ਬਾਈ ਗਰਮੀ ਕਰਕੇ ਪਪੂਲਰ ਬਹੁਤ ਪਾਣੀ ਖਿੱਚਦਾ ਅਤੇ ਕੁਛ ਹੁਣ ਬਾਜਰਾ ਵੀ ਕੱਖ ਵੱਡਾ ਲੱਗੇ ਵੇ ਕਾਹੀ ਮੈਨੂੰ ਲੱਗਦਾ ਕਾਹੀ ਇਹ 'ਚ ਵੀ ਪਵਾਈਏ ਕੱਲ੍ਹ ਨੂੰ ਰੇਹ ਸਵੇਰੇ ਸੱਜਰੇ ਪਹਿਲਾਂ ਚਰੀ 'ਚ ਰੇਹ ਮਾਰਦਾ ਇਹ 'ਚ ਪਾਣੀ ਲਾਇਆ ਤਾ ਇਹਨੂੰ ਭੁੱਲੇ ਗਿਆ ਰੇਹ ਪਾਉਣਾ ਲਹਿਰੀ ਲਹਿਰੀ 'ਚ ਪੈਣਾ ਤਾ ਜਦੋਂ ਉਹ ਬਾਜਰਾ ਮੈਨੂੰ ਲੱਗਦਾ ਟਮਾਟਰ ਨਾਲ ਜਿਹਾ ਹੀ ਜੰਮਿਆ ਬਾਈ ਸੁਕਾ ਤਿਆ ਹੋਣਾ ਨਿਕਲਣ ਲੱਗੇ ਉਹਨੂੰ ਵੀ ਛੇਤੀ ਉਹ ਪਾਣੀ ਲੱਗੂਗਾ ਹੁਣ ਹੁਣ ਜੀਰੀ ਨੂੰ ਭਰ ਕੇ ਆਹ ਕਹਿ ਰਹੇ ਫਿਰ ਉਹਨੂੰ ਵੀ ਪਾਣੀ ਲਾਈਏ ਵੈਸੇ ਹੁਣ ਇੱਥੇ ਦੋ ਮੋਟਰਾਂ ਪਰ ਸਾਡੇ ਸਾਰੀ ਮਤਲਬ ਕਿ 8-9 ਕਿੱਲੇ ਜੀਰੀ ਦੇ ਰਹਿ ਗਏ ਬਾਕੀ ਦਾ ਆਹੀ ਪਪੂਲਰ ਹੋ ਗਿਆ ਗੰਨਾ ਹੋ ਗਿਆ ਅਤੇ ਘੱਟੋ ਘੱਟ ਮੇਰੇ ਰਿਪੇਟਰ ਦਾ ਹੀ ਇੱਥੇ ਘੱਟੋ ਘੱਟ 8-10 ਕਿੱਲੇ ਤਾਂ ਆਹੀ ਹੋ ਗਿਆ ਪਪੂਲਰ ਵਗੈਰਾ 10-12 ਕਿੱਲੇ ਪਪੂਲਰ ਦੇ ਹੋ ਗਏ ਇੱਥੇ ਸਾਰੇ ਸਾਡੇ ਇੱਥੇ ਦੋ ਮੋਟਰਾਂ ਪਰ 20-22 ਕਿੱਲੇ ਹੈ ਪਰ ਹੁਣ ਉਹਨਾਂ ਦੋਵਾਂ ਨੂੰ ਆਹੀ ਰਹਿ ਗਏ ਬਾਕੀ ਜਦੋਂ ਮੀਂਹ ਪੈ ਗਿਆ ਉਹਦੇ ਬਾਅਦ ਤੁਹਾਨੂੰ ਮੋਟਰਾਂ ਦਿਖਾ ਦੂੰਗੇ ਵੀ ਤੁਹਾਨੂੰ ਵੀ ਕਿੰਨੀ ਕੁ ਚੱਲਦੀਆਂ ਸਾਡੀਆਂ ਅਤੇ ਪਹਿਲਾਂ ਚੱਲਣੇ ਫਿਰ ਆਹ ਮੋਟਰ ਤਾਂ ਸਾਡੀ ਚੱਲਦੀ ਹੋ ਨਹੀਂ ਬਾਈ ਬਿਲਕੁਲ ਵੀ ਉੱਪਰ ਤਾਂ ਹੀ ਆਈ ਜਾਂਦਾ ਚਲੋ ਬਾਈ ਗਾਹਣ ਕਰ ਦਿੰਦਾ ਹੁਣ ਇਕੱਠਾ ਦੀ ਕੰਮ ਹੋ ਜਾਣਾ ਟਾਈਮ ਲੱਗ ਜਾਣਾ ਮੈਨੂੰ ਉੱਧਰ ਵੀ ਕਰਨਾ ਬੰਨ ਕਣੀ ਵੀ ਕਿਆਰਾ ਹੋ ਗਿਆ ਇੱਕ ਅਤੇ ਉੱਧਰ ਵੀ ਹੋ ਗਿਆ ਆਹ ਵੀ ਹੋ ਗਿਆ ਹੈਂ ਕਿੱਥੇ ਖਾਰ ਪਾਤੀ ਆਹੋ ਤਾਂ ਹੈ ਜੀ
ਆਹ ਦੇਖ ਲਓ ਕਿੰਨਾ ਭਰ ਵੀ ਦਿੱਤਾ ਜਿੰਨੇ ਨੂੰ ਮੈਂ ਉੱਧਰ ਮਤਲਬ ਗਾਹਣ ਕਰਕੇ ਆਊਂਗਾ ਇਹਦੇ ਵਾਸਤੇ ਨਾ ਇਹ ਤਾਂ ਹੋ ਜਾਣਾ ਨਹੀਂ ਉੱਧਰ ਹੀ ਕਰਨਾ ਇਹ ਬਾਅਦ ਚ ਕਰਨਾ ਇਹਦਾ ਪਾਣੀ ਇੱਧਰ ਆਉਣਾ ਨਾ ਉਹਦਾ ਮੈਨੂੰ ਦੋਹਾਂ ਦਾ ਖਤਰਾ ਚੱਲ ਚੱਲੀਏ ਫਿਰ ਓਹੋ ਹੋਏ ਹੋਏ ਥੋੜੀ ਯਾਰ ਮੈਂ ਥੱਲਾ ਆਹੀ ਰੱਖ ਦਵਾਂ ਉੱਧਰ ਬਸ ਇੰਨਾ ਕੁ ਰੱਖ ਐਵੇਂ ਠੀਕ ਹੈ ਹੁਣ ਨਹੀਂ ਜਾਊਂਗਾ ਕਿਤੇ ਨਹੀਂ ਦੇਣੇ ਬਾਟੇ ਹਾਰ ਪਾ ਦੇਣੀ ਸਾਰੀ ਬਾਟੇ ਦੌੜ ਦੇਣੇ ਦੀ ਬੱਟੇ ਪੱਟ ਰਿਹਾ ਹੌਲੀ ਹੌਲੀ ਅੱਗੇ ਅੱਗੇ ਲੋ ਬਾਈ ਦੇ ਚੱਲੀਏ ਟਰੈਕਟਰ ਅਤੇ ਕਰੀਏ ਗਾਹਣ ਉੱਥੇ ਅਤੇ ਪਾਣੀ ਹੋ ਗਿਆ ਜਸ਼ਨ ਦਾ ਵੀ ਫੋਨ ਆ ਗਿਆ ਕਹਿੰਦਾ ਉਹ ਵੀ ਕਿਆਰਾ ਭਰ ਚੱਲਿਆ ਅਤੇ ਪਹਿਲਾਂ ਉਹੀ ਕਰਕੇ ਆਊਂਗਾ ਅਤੇ ਉਹਦੇ ਬਾਅਦ ਇੱਧਰ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਕੱਲ੍ਹ ਨੂੰ ਕਿਸੇ ਹੋਰ ਵੀਡੀਓ 'ਚ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ